ਦੇਖ ਰਹੇ ਹੋ ਤੁਸੀਂ ਜਸਟ ਟੀਵੀ ਮੈਂ ਹਾਂ ਨੀਲਾ ਚਾਣੀ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਗੱਲ ਕਰਨੀ ਬਣਦੀ ਹੈ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਅਰੁਣਦੀਪ ਅਰੁਣਦੀਪ ਸਵਾਗਤ ਹੈ ਧੰਨਵਾਦ ਨੀਲਮ ਅਰੁਣਦੀਪ ਮੁੱਦੇ ਦੇਖ ਲੈਂਦੇ ਹਾਂ ਜਿਨ੍ਹਾਂ ਤੇ ਅੱਜ ਅਸੀਂ ਤੁਹਾਡਾ ਨਜ਼ਰੀਆ ਜਾਣਾਂਗੇ ਬਾਜਵਾ ਦਾ ਅਲਟੀਮੇਟਮ ਸਿੱਧੂ ਦਾ ਟਵੀਟ ਚੰਨੀ ਦੇ ਫੇਸਬੁੱਕ ਪੇਜ ਤੋਂ ਕੈਪਟਨ ਦੀ ਫੋਟੋ ਡਿਲੀਟ ਅੱਜ ਕੱਲ ਇਹੀ ਪੰਜਾਬ ਕਾਂਗਰਸ ਦੀ ਸਿਆਸਤ ਦੇ ਵਿੱਚ ਚੱਲ ਰਿਹਾ ਇਸ ਤੇ ਗੱਲ ਕਰਾਂਗੇ ਭਗਵੰਤ ਮਾਨ ਨੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਜੋ ਅਪਡੇਟਸ ਆ ਰਹੀਆਂ ਨੇ ਕੈਪਟਨ ਸਰਕਾਰ ਨੂੰ ਕਚਹਿਰੇ 'ਚ ਖੜਾ ਕੀਤਾ ਹੈ ਕਿ ਕੋਰੋਨਾ ਨੂੰ ਭੁੱਲ ਕੇ ਆਪਣੀ ਆਪਣੀ ਕੁਰਸੀਆਂ ਬਚਾਉਣ ਦੇ ਪਿੱਛੇ ਸਾਰੇ ਕਾਂਗਰਸੀ ਅੱਜ ਕੱਲ੍ਹ ਭੱਜ ਰਹੇ ਨੇ ਆਰ ਐਸ ਐਸ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਰੋਪੜ ਦੇ ਪਿੰਡ ਨੂਰਪੁਰ ਬੇਬੀਆਂ ਦੇ ਵਿੱਚ ਲਾਇਆ ਜਾਣਾ ਸੀ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਇਸਦਾ ਕੀਤਾ ਇਸ ਤੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਰੁਣਦੀਪ ਪੰਜਾਬ ਕਾਂਗਰਸ ਦੇ ਵਿੱਚ ਜੋ ਘਟਨਾਕ੍ਰਮ ਬੀਤੇ ਕੁਝ ਦਿਨਾਂ ਤੋਂ ਸਾਹਮਣੇ ਆ ਰਹੇ ਨੇ ਉਹ ਕਿਸੇ ਤੋਂ ਰੋਕੇ ਨਹੀਂ ਨੇ ਕਿਉਂਕਿ ਤੁਸੀਂ ਜਰਨਲਿਸਟ ਹੋ ਸੀਨੀਅਰ ਜਰਨਲਿਸਟ ਹੋ ਇਹਨਾਂ ਖਬਰਾਂ ਤੇ ਬਹੁਤ ਤਿੱਖੀ ਤੇ ਪੈਰੀ ਨਜ਼ਰ ਤੁਹਾਡੀ ਰਹਿੰਦੀ ਹੈ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਕੱਲ ਬਾਜਵਾ ਸਾਹਿਬ ਨੇ ਅਲਟੀਮੇਟਮ ਦਿੱਤਾ ਕੈਪਟਨ ਸਾਹਿਬ ਨੂੰ ਕਿ 45 ਦਿਨਾਂ ਦੇ ਅੰਦਰ ਅੰਦਰ ਬੇਅਦਬੀ ਮਾਮਲਿਆਂ ਤੇ ਕੋਈ ਐਕਸ਼ਨ ਲਓ ਕੋਈ ਹੁਕਮ ਦਿਓ ਨਹੀਂ ਤਾਂ ਫਿਰ ਸੰਘਰਸ਼ ਉਹ ਜਾਰੀ ਰੱਖਣਗੇ ਨੀਲਮ ਇੱਕ ਗੱਲ ਸਾਨੂੰ ਸਮਝਣੀ ਪਊਗੀ ਕਿ ਜਿਹੜੇ ਬੇਅਦਬੀ ਮਾਮਲੇ ਖਿੱਤੇ ਵਾਈਜ਼ ਮਾਝੇ ਦੇ ਜਿਹੜੇ ਲੋਕ ਨੇ ਬੇਅਦਬੀ ਮਾਮਲਿਆਂ ਨੂੰ ਕਿਸੇ ਹੋਰ ਰੂਪ 'ਚ ਦੇਖਦੇ ਆ ਮਾਲਵੇ ਦੇ ਲੋਕ ਕਿਸੇ ਹੋਰ ਰੂਪ 'ਚ ਦੇਖਦੇ ਆ ਦੁਆਬੇ ਦੇ ਲੋਕ ਕਿਸੇ ਹੋਰ ਰੂਪ 'ਚ ਦੇਖਦੇ ਆ ਮਾਲਵੇ ਦੇ ਸਿਆਸਤਦਾਨਾਂ ਦੇ ਸਰੋਕਾਰ ਹੋਰ ਤਰ੍ਹਾਂ ਦੇ ਨੇ ਮਾਝੇ ਦੇ ਸਿਆਸਤਦਾਨਾਂ ਦੇ ਸਰੋਕਾਰ ਹੋਰ ਤਰ੍ਹਾਂ ਦੇ ਨੇ ਤੇ ਦੁਆਬੇ ਦੇ ਸਿਆਸਤਦਾਨਾਂ ਦੇ ਸਰੋਕਾਰ ਹੋਰ ਤਰ੍ਹਾਂ ਦੇ ਨੇ ਸਾਨੂੰ ਇੱਕ ਗੱਲ ਸਮਝਣੀ ਪਊਗੀ ਵੀ ਮਾਲਵੇ ਦਾ ਇੱਕ ਵੀ ਸਿਆਸਤਦਾਨ ਬੇਅਦਬੀ ਵਾਲੇ ਮਾਮਲਿਆਂ ਤੇ ਨਹੀਂ ਬੋਲਦਾ ਕਿਉਂਕਿ ਉਹਨੂੰ ਪਤਾ ਆ ਵੀ ਜੇ ਮੈਂ ਬੇਅਦਬੀ ਜ਼ਿਆਦਾ ਕਰੂੰਗਾ ਤਾਂ ਮੇਰੇ ਲਈ ਸਮੱਸਿਆ ਖੜੀ ਹੋ ਜਾਣੀ ਆ ਕਿਉਂਕਿ ਇੱਥੇ ਹਰ ਤਰ੍ਹਾਂ ਦਾ ਵੋਟਰ ਆ ਡੇਰਾ ਪ੍ਰੇਮੀ ਵੀ ਨੇ ਰਾਧਾ ਸੁਆਮੀ ਵੀ ਨੇ ਸਿੱਖ ਵੋਟਰ ਵੀ ਨੇ ਉਹ ਜਿਹੜਾ ਆਪਸ 'ਚ ਖਿਚੜੀ ਹੋਏ ਪਏ ਨੇ ਸਾਰੇ ਉਹ ਵੋਟ ਬੈਂਕ ਨੂੰ ਨੁਕਸਾਨ ਕਰੂਗਾ ਸੋ ਉੱਥੇ ਦੇ ਸਿਆਸਤਦਾਨ ਇੱਕ ਚੁੱਪ ਸੌ ਸੁੱਖੂ ਵਾਲੀ ਨੀਤੀ 'ਤੇ ਚੱਲ ਰਹੇ ਨੇ ਰਹੀ ਗੱਲ ਦੁਆਬੇ ਦੇ ਸਿਆਸਤਦਾਨਾਂ ਨੂੰ ਪਤਾ ਹੈ ਹੀ ਨਹੀਂ ਇਹ ਦਲਿਤ ਏਜੰਡਾ ਦਲਿਤ ਕਾਰਡ ਵਾਲਾ ਜਿਹੜਾ ਆ ਉਹ ਮਾਮਲਾ ਲੈ ਕੇ ਚੱਲ ਰਹੇ ਨੇ ਮਾਝੇ ਦੇ ਜਿਹੜੇ ਸਿਆਸਤਦਾਨ ਨੇ ਚਾਹੇ ਉਹ ਬਾਜਵਾ ਚਾਹੇ ਸੁੱਖੀ ਰੰਧਾਵਾ ਤੇ ਚਾਹੇ ਕੋਈ ਹੋਰ ਆ ਉਹ ਜ਼ਿਆਦਾ ਬੇਅਦਬੀਆਂ ਦਾ ਰੌਲਾ ਪਾ ਰਹੇ ਨੇ ਕਿਉਂਕਿ ਇਹਨਾਂ ਦਾ ਵੋਟ ਬੈਂਕ ਨੂੰ ਸਿੱਧੇ ਕੋਈ ਨੁਕਸਾਨ ਨਹੀਂ ਹੁੰਦਾ ਮਾਝੇ ਦੇ ਵਿੱਚ ਨੁਕਸਾਨ ਹੁੰਦਾ ਮਾਲਵੇ ਦੇ ਵਿੱਚ ਤੇ ਇਸ ਕਰਕੇ ਇਹ ਖੁੱਲ੍ਹ ਕੇ ਬੋਲਦੇ ਨੇ ਅਸਲ ਦੇ ਵਿੱਚ ਤਾਂ ਸਰੋਕਾਰ ਬੇਅਦਬੀਆਂ ਨੂੰ ਲੈ ਕੇ ਇਹਨਾਂ ਦਾ ਵੀ ਕੋਈ ਨਹੀਂ ਨਾ ਬਾਜਵੇ ਦਾ ਕੋਈ ਸਰੋਕਾਰ ਆ ਨਾ ਸੁਖੀ ਰੰਧਾਵੇ ਦਾ ਕੋਈ ਸਰੋਕਾਰ ਆ ਸਰੋਕਾਰ ਤਾਂ ਅਸਲ 'ਚ ਨਾ ਸਿੱਧੂ ਦਾ ਨਾ ਭਗਵੰਤ ਮਾਨ ਦਾ ਤੇ ਨਾ ਕਿਸੇ ਹੋਰ ਦਾ ਆ ਅਸਲ ਦੇ ਵਿੱਚ ਇਹ ਨਿੱਜੀ ਖੁੰਦਕਾਂ ਨੇ ਸਿਆਸਤ ਦੇ ਵਿੱਚ ਜਿਹੜੇ ਜਨੂੰਨ ਨੇ ਆਪੋ ਆਪਣੇ ਨੇ ਉਹਦੇ ਵਿੱਚ ਬਾਜਵੇ ਨੂੰ ਜਿਹਨੂੰ 4 ਸਾਲ ਕਿਸੇ ਨੇ ਪੁੱਛਿਆ ਨਹੀਂ ਸ਼ਮਸ਼ੇਰ ਸਿੰਘ ਦੁੱਲੋ ਨੂੰ ਜਿਹਨੂੰ ਕਿਸੇ ਨੇ ਭਾ ਹੀ ਨਹੀਂ ਦਿੱਤਾ ਬਾਜਵੇ ਕੈਪਟਨ ਤੋਂ ਪਹਿਲਾਂ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੀਗੇ ਹਾਈ ਕਮਾਨ ਦੇ ਵਿੱਚ ਨੰਬਰ ਖਾਸੇ ਬਣੇ ਹੋਏ ਸੀਗੇ ਉਹਨਾਂ ਨੂੰ ਲੱਗਦਾ ਸੀ ਵੀ ਪੰਜਾਬ ਸਿਆਸਤ ਨੂੰ ਇਹ ਬੰਦਾ ਸੰਭਾਲ ਸਕਦਾ ਤੇ ਗੱਡੀ ਸਾਡੀ ਰੇੜ ਸਕਦਾ ਬਾਜਵਾ ਸਾਹਿਬ ਹੋ ਗਏ ਫਲਾਪ ਉਸ ਤੋਂ ਬਾਅਦ ਕੈਪਟਨ ਦੇ ਹੱਥ ਕਮਾਂਡ ਆ ਗਈ ਕੈਪਟਨ ਸਰਕਾਰ ਬਣਾ ਗਿਆ ਉਸ ਤੋਂ ਬਾਅਦ 22 ਇਲੈਕਸ਼ਨਾਂ ਜਿੱਤੀਆਂ ਉਸ ਤੋਂ ਬਾਅਦ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ 8 ਸੀਟਾਂ ਲੈ ਗਏ ਆ ਤੇ ਉਹਦੇ ਨਾਲ ਬਾਜਵਾ ਸਾਹਿਬ ਖੁੱਡੇ ਲਾਉਣ ਲੱਗ ਗਏ ਬਾਜਵਾ ਸਾਹਿਬ ਹੁਣ ਹੱਥ ਪੈਰ ਮਾਰ ਰਹੇ ਆ ਵੀ ਕਿਸੇ ਤਰ੍ਹਾਂ ਉਹ ਮੁੱਖ ਧਾਰਾ ਦੀ ਸਿਆਸਤ ਦੇ ਵਿੱਚ ਬਣੇ ਰਹਿਣ ਚਾਹੇ ਉਹ ਬੇਅਦਬੀਆਂ ਵਾਲਾ ਮੁੱਦਾ ਆ ਚਾਹੇ ਪ੍ਰਗਟ ਨੂੰ ਮਿਲਣ ਦਾ ਆ ਚਾਹੇ ਚੰਨੀ ਨੂੰ ਮਿਲਣ ਦਾ ਆ ਚਾਹੇ ਜਾ ਕੇ ਸਿੱਧੂ ਨੂੰ ਮਿਲਣ ਦਾ ਤੇ ਚਾਹੇ ਜਿਹੜਾ ਹੋਰ ਨਾਰਾਜ਼ ਧੜਾ ਆ ਉਹਨੂੰ ਮਿਲਣ ਦਾ ਸੋ ਇਹ ਬਾਜਵਾ ਆਪਣੇ ਬਾਜਵੇ ਦੀ ਆਪਣੀ ਤਰ੍ਹਾਂ ਦੀ ਪੋਲੀਟਿਕਸ ਆ ਚੀਜ਼ਾਂ ਨੂੰ ਉਹ ਆਪਣੇ ਤਰੀਕੇ ਨਾਲ ਮੋਬਿਲਾਈਜ਼ ਕਰ ਰਹੇ ਨੇ ਸੋ ਇਹਦੇ ਵਿੱਚ ਬੇਅਦਬੀਆਂ ਕੋਈ ਮਸਲਾ ਨਹੀਂ ਬੇਅਦਬੀ ਤਾਂ ਸਿਰਫ ਇੱਕ ਸ਼ੀਲਡ ਦੇ ਤੌਰ ਤੇ ਵਰਤੀ ਜਾ ਰਹੀ ਹੈ ਤੁਸੀਂ ਆਮ ਲੋਕਾਂ ਨੂੰ ਜਾ ਕੇ ਪੁੱਛ ਲਓ ਵੀ ਬੇਅਦਬੀਆਂ ਦੇ ਮਸਲੇ ਤੇ ਕਿਸੇ ਨੂੰ ਕੋਈ ਲੱਗਦਾ ਵੀ ਸਰਕਾਰ ਤੋਂ ਇਨਸਾਫ ਮਿਲੂਗਾ ਇਸ ਸਰਕਾਰ ਤੋਂ ਜਾਂ ਕਿਸੇ ਹੋਰ ਸਰਕਾਰ ਤੋਂ ਤਾਂ ਕਿਸੇ ਦਾ ਵੀ ਜਵਾਬ ਹਾਂ 'ਚ ਨਹੀਂ ਹੋਊਗਾ ਅਸੀਂ ਇਹ ਮੰਨਦੇ ਹਾਂ ਵੀ ਜਿਹੜੇ ਨੌਜਵਾਨ ਬੇਦੋਸ਼ੀ ਨੌਜਵਾਨ ਉਹਦੇ ਵਿੱਚ ਮਾਰੇ ਗਏ ਸੀਗੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਜਿਹੜੇ ਕਤਲ ਲਈ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਪਰ ਪਿਛਲੇ 5-6 ਸਾਲ ਤੋਂ ਮਾਮਲਾ ਰਿੜਕੀ ਜਾ ਰਿਹਾ ਜਿੱਦਾਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਦੀ ਕੁਛ ਨਹੀਂ ਹੋਇਆ ਉਦਾਂ ਹੀ ਇਹ ਜਿੰਨਾ ਜ਼ਿਆਦਾ ਚੀਜ਼ਾਂ ਨੂੰ ਪੋਲੀਟੀਸਾਈਜ਼ ਕੀਤਾ ਜਾਊਗਾ ਜਿੰਨਾ ਜ਼ਿਆਦਾ ਸਿਆਸੀਕਰਨ ਕੀਤਾ ਜਾਊਗਾ
ਉਨੀਆਂ ਹੀ ਚੀਜ਼ਾਂ ਇਹ ਘੱਟੇ ਵੱਟੇ ਰੁਲ ਜਾਂਦੀਆਂ ਨੇ। ਅਸਲ 'ਚ ਏਜੰਡੇ ਹੋਰ ਹੁੰਦੇ ਨੇ, ਦਿਖ ਕੁਛ ਹੋ ਰਿਹਾ, ਦਿਖਾਇਆ ਕੁਛ ਹੋਰ ਜਾ ਰਿਹਾ, ਕਹਾਣੀ ਇੱਥੇ ਆ। ਬਾਜਵਾ ਦੀ ਅਸੀਂ ਗੱਲ ਕਰ ਲਈ, ਸਿੱਧੂ ਦੇ ਟਵੀਟ ਦੀ ਵੀ ਅਸੀਂ ਗੱਲ ਕਰਾਂਗੇ ਕਿਉਂਕਿ ਸਿੱਧੂ ਤਾਂ ਰੋਜ਼ ਹੀ ਟਵੀਟ ਕਰਦੇ ਰਹਿੰਦੇ ਨੇ, ਸੋ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿਉਂਕਿ ਨਿਸ਼ਾਨਾ ਕੈਪਟਨ ਸਾਹਿਬ ਹੁੰਦੇ ਨੇ। ਚਰਨਜੀਤ ਚੰਨੀ ਦੇ ਫੇਸਬੁੱਕ ਪੇਜ ਤੋਂ ਕੱਲ੍ਹ ਕੈਪਟਨ ਸਾਹਿਬ ਦੀ ਫੋਟੋ ਡਿਲੀਟ ਹੋ ਗਈ ਹੈ, ਉਹ ਫੋਟੋ ਡਿਲੀਟ ਹੋ ਗਈ ਹੈ ਜਿਸ ਦੇ ਉੱਤੇ ਇੱਕ ਪਾਸੇ ਕੈਪਟਨ ਸਾਹਿਬ ਦੀ ਫੋਟੋ ਸੀ, ਇੱਕ ਪਾਸੇ ਚਰਨਜੀਤ ਚੰਨੀ ਦੀ ਫੋਟੋ ਸੀ। ਕੈਪਸ਼ਨ ਲਿਖਿਆ ਹੋਇਆ ਸੀ ਕੈਪਟਨ ਫੋਰ 2022, ਯਾਨੀ ਕਿ ਚੰਨੀ ਨੇ ਤਾਂ ਕਹਿਤਾ ਹੈ ਕਿ ਉਹ ਕੈਪਟਨ ਨੂੰ ਆਪਣਾ ਬੌਸ ਨਹੀਂ ਮੰਨਦੇ। ਨੀਲਮ, ਸਿਆਸਤ ਦਾ ਇੱਕ ਅਸੂਲ ਆ ਵੀ ਇਹਦੇ 'ਚ ਕੋਈ ਵੀ ਪਰਮਾਨੈਂਟ ਦੁਸ਼ਮਣ ਨਹੀਂ ਹੁੰਦਾ, ਕੋਈ ਵੀ ਪਰਮਾਨੈਂਟ ਦੋਸਤ ਨਹੀਂ ਹੁੰਦਾ, ਠੀਕ ਹੈ ਜੀ। ਵਫਾਦਾਰੀਆਂ ਬਦਲਦੀਆਂ ਰਹਿੰਦੀਆਂ ਨੇ, ਅਸਲ ਦੇ ਵਿੱਚ ਸਾਂਝੇਦਾਰੀਆਂ ਬਦਲਦੀਆਂ, ਹਾਂ ਸਾਰਾ ਕੁਝ ਬਦਲਦਾ ਰਹਿੰਦਾ। ਕੁਝ ਸਾਲ ਪਹਿਲਾਂ ਤੱਕ ਇੱਕ ਜੁਮਲਾ ਚੱਲਦਾ ਹੁੰਦਾ ਸੀ ਵੀ ਲੈ ਵੀ ਹੁਣ ਨੀਲੀਆਂ ਪੱਗਾਂ ਆ ਗਈਆਂ, ਹੁਣ ਚਿੱਟੀਆਂ ਪੱਗਾਂ ਆ ਗਈਆਂ, ਲੋਕ ਨੀਲੀਆਂ ਪੱਗਾਂ ਖਰੀਦਣ ਲੱਗ ਪਏ ਨੇ, ਲੋਕ ਚਿੱਟੀਆਂ ਪੱਗਾਂ ਖਰੀਦਣ ਲੱਗ ਪਏ, ਇਹ ਜੁਮਲੇ ਚੱਲਦੇ ਹੁੰਦੇ ਸੀ। ਸੋ ਜਿਹੜੀਆਂ ਵਫਾਦਾਰੀਆਂ ਨੇ ਰਾਤੋ ਰਾਤ ਬਦਲ ਜਾਂਦੀਆਂ ਨੇ, ਇਹ ਤਾਂ ਫੇਰ ਇੱਕੋ ਪਾਰਟੀ ਦੇ ਲੋਕ ਨੇ। ਸੋ ਵਫਾਦਾਰੀ ਨਾ ਪਾਰਟੀ ਦੇ ਪ੍ਰਤੀ ਆ, ਨਾ ਬੰਦਿਆਂ ਦੇ ਪ੍ਰਤੀ ਆ, ਨਾ ਕਿਸੇ ਸਿਧਾਂਤ ਦੇ ਪ੍ਰਤੀ ਆ, ਨਾ ਕਿਸੇ ਵਿਚਾਰਧਾਰਾ ਦੇ ਪ੍ਰਤੀ ਆ। ਵਫਾਦਾਰੀ ਇਹ ਆ ਵੀ ਮੈਂ ਸਭ ਤੋਂ ਵੱਡਾ ਕਿੱਦਾਂ ਦੇਖਣਾ, ਮੈਂ ਆਪਣੀ ਸਿਆਸਤ ਨੂੰ ਕਿਵੇਂ ਚਮਕਾਉਣਾ, ਮੈਂ ਲੋਕਾਂ ਤੇ ਰਾਜ ਕਿਵੇਂ ਕਰਨਾ, ਮੈਂ ਸੱਤਾ ਦਾ ਸੁੱਖ ਕਿਵੇਂ ਮਾਨਣਾ ਹੈ, ਮੈਂ ਪਾਵਰ ਨੂੰ ਇੰਜੋਏ ਕਿਵੇਂ ਕਰਨਾ, ਏਜੰਡਾ ਇਹ ਆ। ਉਹਦੇ 'ਚ ਲੋਕਾਂ ਦਾ ਭਲਾ, ਕਿਸੇ ਦਾ ਕੋਈ ਏਜੰਡਾ ਨਹੀਂ ਹੈਗਾ। ਜੇ ਇਹ ਹੁੰਦਾ ਤਾਂ ਜਦੋਂ ਹੁਣ ਕੋਰੋਨਾ ਇਸ ਕਾਲ ਦੇ ਵਿੱਚ ਆਫੀਸ਼ੀਅਲੀ 250 ਲੋਕ ਰੋਜ਼ ਮਰ ਰਿਹਾ ਆ ਤੇ ਪਿੰਡਾਂ ਦੇ ਵਿੱਚ ਹੁਣ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਤੇ ਲੋਕ ਜਿਹੜੇ ਨੇ ਮਰ ਰਹੇ ਨੇ ਪਿੰਡਾਂ 'ਚ, ਜਿਹਦਾ ਕੋਈ ਅੰਕੜਾ ਨਹੀਂ, ਕੋਈ ਗੁਣਾ ਤਕਸੀਮ ਨਹੀਂ, ਕੋਈ ਕੁਛ ਨਹੀਂ, ਤਾਂ ਇਹਨਾਂ ਸਿਆਸਤਦਾਨਾਂ ਨੂੰ ਆਹ ਜਿਹੜਾ ਬਈ ਕੈਪਟਨ ਚੰਨੀ ਜਾਂ ਹੋਰ ਮਾਮਲਿਆਂ ਨੂੰ ਛੱਡ ਕੇ ਚਾਹੀਦਾ ਇਹ ਸੀ ਮੈਦਾਨ 'ਚ ਉਤਰਦੇ, ਹਸਪਤਾਲ ਬਣਾਉਂਦੇ, ਜ਼ਮੀਨੀ ਪੱਧਰ 'ਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਂਦੇ, ਉੱਥੇ ਜਾ ਕੇ ਬਹਿੰਦੇ, ਗਰੀਬਾਂ ਦੀ ਬਾਂਹ ਫੜਦੇ, ਸਹੂਲਤਾਂ ਦੀ ਜਿੱਥੇ ਘਾਟ ਹੈ ਉੱਥੇ ਐਡਮਿਨਿਸਟ੍ਰੇਸ਼ਨ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲਦੇ, ਪਤਾ ਲੱਗਦਾ ਵੀ ਕੋਈ ਕੰਮ ਕੀਤਾ। ਪੰਜਾਬ 'ਚ ਇੱਦਾਂ ਦਾ ਇੱਕ ਵੀ ਸਿਆਸਤਦਾਨ ਨਹੀਂ, ਨਾ ਕੋਈ ਅਕਾਲੀ, ਨਾ ਕੋਈ ਕਾਂਗਰਸੀ, ਨਾ ਕੋਈ ਭਾਜਪਾਈ, ਨਾ ਕੋਈ ਆਮ ਆਦਮੀ ਪਾਰਟੀ ਦਾ, ਸਰ ਗੱਲਾਂ ਦਾ ਕੜਾਹ ਕਰਨ ਜੋਗੇ ਨੇ, ਇਹ ਤੋਂ ਗਾਂਹ ਕੋਈ ਕਿਸੇ ਨੇ ਕੁਛ ਨਹੀਂ ਕੀਤਾ। ਸੋ ਉਹਦੇ 'ਚ ਬੇਅਦਬੀਆਂ ਦਾ ਮਾਮਲਾ ਕਿਹਨੇ ਦੇਖਣ ਚਲ ਜਾਣਾ ਜਾਂ ਕਿਸੇ ਨੇ ਹੋਰ ਕੀ ਦੇਖਣ ਲੈਣਾ? ਜੇ ਤੁਹਾਡੇ ਕੋਲ ਅੱਜ ਜਿਹੜੀ ਆਫ਼ਤ ਹੁਣ ਪਈ ਹੋਈ ਹੈ ਲੋਕਾਂ ਦੇ ਸਿਰ, ਜੇ ਉਹਦੇ ਵਿੱਚ ਤੁਸੀਂ ਲੋਕਾਂ ਦੀ ਵਾਹ ਨਹੀਂ ਫੜੋਗੇ ਤਾਂ ਪਿਛਲਿਆਂ ਨੂੰ ਕੀ ਕਰਨਾ ਹੈ? ਮਸਲਾ ਤਾਂ ਅੱਜ ਦਾ ਆ। ਬਿਲਕੁਲ ਸਹੀ ਕਿਹਾ ਅਰੁਣਦੀਪ ਤੁਸੀਂ ਕਿ ਕੋਰੋਨਾ ਦੇ ਵਕਤ ਜਿਸ ਵਕਤ ਪੂਰਾ ਫੋਕਸ ਸਿਰਫ ਇਸ ਮਹਾਮਾਰੀ ਨਾਲ ਕਿਵੇਂ ਨਜਿੱਠਣਾ ਹੈ ਇਸ ਤੇ ਹੋਣਾ ਚਾਹੀਦਾ ਸੀ, ਪਰ ਪੰਜਾਬ ਕਾਂਗਰਸ ਦਾ ਇਸ ਵਕਤ ਪੂਰਾ ਫੋਕਸ ਲੱਗਿਆ ਹੋਇਆ ਹੈ ਕਿ ਜੋ ਡਾਮਾਡੋਲ ਪਰਿਸਥਿਤੀਆਂ ਹੋ ਰਹੀਆਂ ਨੇ ਆਪਣੀ ਆਪਣੀ ਕੁਰਸੀ ਕਿਵੇਂ ਬਚਾਉਣੀ ਹੈ। ਬਿਲਕੁਲ ਭਗਵੰਤ ਮਾਨ ਇਸ ਮਾਮਲੇ ਨੂੰ ਲੈ ਕੇ ਅੱਜ ਲਾਈਵ ਹੋਏ ਨੇ, ਕੈਪਟਨ ਸਾਹਿਬ ਨੂੰ ਲਾਣ ਤਾਂ ਪਾਈਆਂ ਨੇ, ਕੈਪਟਨ ਸਾਹਿਬ ਦੇ ਨਿਸ਼ਾਨੇ ਵੀ ਦਿੰਦੇ ਨੇ ਕਿ ਆਪਣੀ ਆਪਣੀ ਕੁਰਸੀ ਬਚਾ ਰਹੇ ਨੇ, ਪਰ ਲੋਕਾਂ ਦੀ ਜਾਨ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ 100% ਵੈਕਸੀਨੇਸ਼ਨ ਵਾਲੇ ਪਿੰਡਾਂ ਨੂੰ ਕੈਪਟਨ ਸਾਹਿਬ ਨੇ 10 ਲੱਖ ਦੇਣ ਦਾ ਐਲਾਨ ਕੀਤਾ ਹੈ, ਪਰ ਵੈਕਸੀਨ ਹੈ ਕਿੱਥੇ ਜੋ ਪਿੰਡ 100% ਵੈਕਸੀਨੇਸ਼ਨ ਅਚੀਵ ਕਰਨਗੇ? ਬਿਲਕੁਲ ਦਰੁਸਤ ਗੱਲ ਆ ਕਿ ਵੈਕਸੀਨ ਦੀਆਂ ਟਾਰਾਂ ਮਾਰੀਆਂ ਜਾ ਰਹੀਆਂ ਨੇ ਸਾਰੇ ਪਾਸੇ, ਚਾਹੇ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਮੋਦੀ ਨੇ ਵੀ ਅੱਜ ਫਿਰ ਮੀਟਿੰਗ ਕੀਤੀ ਹੈ, ਕੱਲ੍ਹ ਵੀ ਕੀਤੀ ਸੀ, ਵੈਕਸੀਨੇਸ਼ਨ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ, ਕੰਟੈਕਟ ਟਰੇਸਿੰਗ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ, ਟੈਸਟਿੰਗ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ, ਆਈਸੋਲੇਸ਼ਨ 'ਤੇ ਜ਼ੋਰ ਦਿੱਤਾ ਜਾਣਾ। ਉਹੀ ਰਾਗ ਇਹ ਸਾਲ ਪਹਿਲਾਂ ਲਾਪਤੇ ਸੀ, ਉਹੀ ਹੁਣ ਲਾਪੀ ਜਾ ਰਹੇ ਨੇ, ਅਤੇ ਮਤਲਬ ਇਹ ਹੈ ਵੀ ਸਾਡੀ ਜ਼ਿੰਮੇਵਾਰੀ ਕੋਈ ਨਹੀਂ, ਤੁਸੀਂ ਜੋ ਕਰਨਾ ਕਰੋ। ਅਤੇ ਵੈਕਸੀਨੇਸ਼ਨ ਦਾ ਸਾਰੇ ਗੱਲਾਂ ਕਰੀ ਜਾਂਦੇ ਨੇ, ਚਾਹੇ ਭਗਵੰਤ ਮਾਨ ਹੈ, ਚਾਹੇ ਨਰਿੰਦਰ ਮੋਦੀ ਆ, ਅਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੈ, ਅਤੇ ਚਾਹੇ ਕੋਈ ਹੋਰ, ਉਹ ਵੈਕਸੀਨ ਜ਼ਮੀਨੀ ਪੱਧਰ 'ਤੇ ਤਾਂ ਮਿਲ ਹੀ ਨਹੀਂ ਰਹੀ ਲੋਕਾਂ ਨੂੰ। ਪ੍ਰਾਈਵੇਟ ਹਸਪਤਾਲਾਂ ਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਸੀਰਮ ਤੋਂ ਸਿੱਧਾ ਖਰੀਦੋ, ਸੂਬਾ ਸਰਕਾਰਾਂ ਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਸੀਰਮ ਤੋਂ ਸਿੱਧਾ ਖਰੀਦੋ। ਹੁਣ ਸੂਬਾ ਸਰਕਾਰਾਂ ਵੀ ਸੀਰਮ ਨਾਲ ਕੰਟਰੈਕਟ ਕਰ ਰਹੀਆਂ ਨੇ, ਤੇ ਪ੍ਰਾਈਵੇਟ ਹਸਪਤਾਲ ਵੀ ਸੀਰਮ ਦੇ ਨਾਲ ਕੰਟਰੈਕਟ, ਸੋਸਾਇਟੀਆਂ ਵੀ ਆਪਣੇ ਪੱਧਰ ਤੇ ਡਾਇਰੈਕਟ ਫਾਰਮਾ ਕੰਪਨੀਆਂ ਦੇ ਨਾਲ ਕੰਟਰੈਕਟ ਕਰ ਰਹੀਆਂ ਨੇ। ਮਤਲਬ ਹੁਣ ਸਿੱਧੀ ਵੈਕਸੀਨ ਖਰੀਦੀ ਜਾ ਰਹੀ ਹੈ, ਸਰਕਾਰਾਂ ਨੇ ਆਪਣੇ ਪੱਲਾ ਝਾੜਤਾ ਵੀ ਲਓ ਜੀ ਸਾਡੇ ਪੱਲੇ ਕੱਖ ਨਹੀਂ, ਤੁਸੀਂ ਆਪ ਹੀ ਕਰੋ, ਤੇ ਸਾਰਾ ਕੁਝ ਲੋਕਾਂ ਨੇ ਕਰਨਾ, ਸਰਕਾਰਾਂ ਨੂੰ ਚੁਣਨ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਅਰੁਣ ਦੀਪ ਇਸੀ ਗੱਲ ਤੇ ਇੱਕ ਹੋਰ ਮੈਂ ਗੱਲ ਕਰਨਾ ਚਾਹਾਂਗੀ ਕੋਰੋਨਾ ਦੇ ਮਾਮਲੇ ਤੇ, ਹਸਪਤਾਲਾਂ ਦੇ ਜੋ ਹਾਲਾਤ ਨੇ ਸਭ ਨੂੰ ਪਤਾ ਹੈ, ਲੋਕ ਰੋਜ਼ ਮਰ ਰਹੇ ਨੇ, ਰੋਜ਼ 200-250 ਮੌਤਾਂ ਦਾ ਆਂਕੜਾ ਪੰਜਾਬ ਦੇ ਵਿੱਚ, ਜੋ ਕਿ ਬਹੁਤ ਚੰਗੀ ਗੱਲ ਨਹੀਂ ਹੈ, ਸੋਚਣ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਹੈ ਕਿ ਰੋਜ਼ ਲੋਕ 200-250 ਜੋ ਮਰ ਰਹੇ ਨੇ,
ਉਹ ਕਰੋਨਾ ਕਰਕੇ ਵੀ ਪਰ ਸਿਹਤ ਸਹੂਲਤਾਂ ਜਾਇਜ਼ ਨਾ ਹੋਣ ਕਰਕੇ ਦਰੁਸਤ ਨਾ ਹੋਣ ਕਰਕੇ ਜ਼ਿਆਦਾ ਮਾਰ ਰਹੇ ਨੇ। ਸੁਖਬੀਰ ਬਾਦਲ ਨੂੰ ਹੁਣੇ ਖਿਆਲ ਆਇਆ ਹੈ, ਉਹ ਕਹਿ ਰਹੇ ਨੇ ਕਿ ਬਹੁਤ ਵੱਡੀ ਗਲਤੀ ਹੋ ਗਈ ਹੈ ਹੁਣ ਤੱਕ ਕਿ ਅਸੀਂ ਸਿਹਤ ਸਹੂਲਤਾਂ ਤੇ ਧਿਆਨ ਨਹੀਂ ਦਿੱਤਾ। ਜੇ ਪਰਮਾਤਮਾ ਨੇ ਚਾਹਿਆ ਉਹਨਾਂ ਦੀ ਸਰਕਾਰ ਬਣੀ ਤਾਂ ਪਿੰਡਾਂ ਦੇ ਵਿੱਚ ਤੇ ਜੋ ਹਸਪਤਾਲ ਨੇ ਸਰਕਾਰੀ ਡਿਸਪੈਂਸਰੀਆਂ ਨੇ ਉਹਨਾਂ ਨੂੰ ਪ੍ਰਾਈਵੇਟ ਪੱਧਰ ਤੇ ਟੌਪ ਲੈਵਲ ਤੇ ਬਣਾਇਆ ਜਾਵੇ। ਦੇਖੋ ਇੱਕ ਸਰਕਾਰਾਂ ਇਹ ਐਲਾਨ ਤਾਂ ਕਰਦੀਆਂ ਨੇ, ਜ਼ਮੀਨੀ ਪੱਧਰ ਤੇ ਇਹਨਾਂ ਦਾ ਹਸ਼ਰ ਕੀ ਹੁੰਦਾ ਆ ਇਹਦਾ ਪਤਾ ਬਾਅਦ ਚ ਲੱਗਦਾ ਹੁੰਦਾ। ਪਰ ਵੈਸੇ ਸੁਖਬੀਰ ਅਕਾਲੀਆਂ ਦੇ ਬਾਰੇ ਇੱਕ ਗੱਲ ਕਹੀ ਜਾਂਦੀ ਆ ਵੀ ਅਕਾਲੀ ਜਦੋਂ ਵੀ ਸੱਤਾ ਚ ਆਉਂਦੇ ਕਾਂਗਰਸ ਦੇ ਨਾਲੋਂ ਬਿਹਤਰ ਕੰਮ ਕਰਦੇ ਨੇ, ਚਾਹੇ ਉਹ ਸੜਕਾਂ ਦਾ ਕੰਮ ਆ, ਚਾਹੇ ਕਿਸਾਨੀ ਦੇ ਮਸਲੇ ਨੇ, ਚਾਹੇ ਮੁਲਾਜ਼ਮਾਂ ਦੇ ਮਸਲੇ ਨੇ, ਅਕਾਲੀ ਬੈਟਰ ਦੈਨ ਕਾਂਗਰਸ ਹੈਗੇ ਨੇ। ਬਾਕੀ ਪੰਥਕ ਪੋਲੀਟਿਕਸ ਨੂੰ ਲੈ ਕੇ ਜਿੱਦਾਂ ਉਹਨਾਂ ਦੀਆਂ ਮਰਜ਼ੀ ਲੱਤਾਂ ਖਿੱਚੀ ਚੱਲੋ, ਸੁਖਬੀਰ ਨੂੰ ਜਿੱਦਾਂ ਮਰਜ਼ੀ ਤੁਸੀਂ ਗੱਪੀ ਕਹੀ ਚੱਲੋ, ਪਰ ਅਮਲੀ ਰੂਪ ਦੇ ਵਿੱਚ ਬਹੁਤ ਸਾਰਾ ਕੰਮ ਕਰਦੇ ਨੇ। ਇਹਦੇ ਵਿੱਚ ਇੱਕ ਗੱਲ ਸਮਝਣ ਦੀ ਲੋੜ ਹੈ ਵੀ ਇੱਕ ਜਿਹੜਾ ਇਹ ਪੀਪੀਪੀ ਮਾਡਲ ਦੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਦਾ ਹਮੇਸ਼ਾ ਰੌਲਾ ਪਾਉਂਦੇ ਆ, ਉਹਦੇ ਵਿੱਚ ਬਹੁਤ ਵੱਡਾ ਇੱਕ ਲੋਚਾ ਹੈਗਾ, ਉਹਦੇ ਵਿੱਚ ਬਹੁਤ ਵੱਡਾ ਇੱਕ ਗੜਬੜ ਹੈਗੀ ਆ। ਕਿਉਂਕਿ ਜੇ ਸਾਰਾ ਕੁਛ ਪ੍ਰਾਈਵੇਟ ਫਰਮਾਂ ਦੇ ਨਾਲ ਮਿਲ ਕੇ ਕਰਨਾ ਤੇ ਸਰਕਾਰੀ ਹਸਪਤਾਲਾਂ ਦੀ ਕੋਈ ਲੋੜ ਨਹੀਂ ਰਹਿ ਜਾਂਦੀ, ਤੇ ਉਹਦੇ ਵਿੱਚ ਸਹੂਲਤਾਂ ਤਾਂ ਫਿਰ ਵੀ ਉਦਾਂ ਦੀਆਂ ਹੀ ਰਹਿਣੀਆਂ, ਲੁੱਟ ਤਾਂ ਫਿਰ ਵੀ ਸਰਕਾਰੀ ਪੈਸੇ ਦੀ ਉਦਾਂ ਦੀ ਹੋ ਜਾਣੀ। ਸੋ ਇਹ ਜਿਹੜਾ ਪੀਪੀਪੀ ਮਾਡਲ ਹੈ ਇਹਨੂੰ ਮੁੱਢੋ ਸੁੱਢੋ ਰੱਦ ਕਰਕੇ ਜਨਤਕ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਹੇਠਲੇ ਪੱਧਰ ਤੇ ਜਿਹੜਾ ਸਿਹਤ ਢਾਂਚਾ ਆ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ। ਜੇ ਸੁਖਬੀਰ ਸੱਚੀ ਦਿਆਨਤਦਾਰੀ ਨਾਲ ਇਹ ਗੱਲ ਕਰ ਰਹੇ ਨੇ ਤਾਂ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹਨਾਂ ਦੀ ਸਰਕਾਰ ਜੇ ਸੱਤਾ ਦੇ ਵਿੱਚ ਆਉਂਦੀ ਹੈ ਤੇ ਹੋ ਸਕਦਾ ਹੈ ਵੀ ਪੰਜਾਬ ਦਾ ਇਹ ਕੁਛ ਭਲਾ ਕਰ ਸਕਣ, ਪਰ ਸੰਭਾਵਨਾ ਘੱਟ ਲੱਗਦੀ ਆ। ਰਹੀ ਗੱਲ ਹੁਣ ਇਸ ਵੇਲੇ ਚਾਹੇ ਮੁਲਕ ਦੇ ਪ੍ਰਾਈਵੇਟ ਹਸਪਤਾਲ ਨੇ, ਚਾਹੇ ਸਾਡੇ ਸੂਬੇ ਦੇ ਪ੍ਰਾਈਵੇਟ ਹਸਪਤਾਲ ਨੇ, ਇਹਨਾਂ ਨੇ ਲੁੱਟ ਮਚਾਈ ਹੋਈ ਆ, ਅੰਨੀ ਲੁੱਟ ਕੀਤੀ ਹੈ ਇਹਨਾਂ ਨੇ। ਮਤਲਬ ਇਹ ਕ੍ਰਿਮੀਨਲ ਨੇ ਲੋਕ, 95% ਡਾਕਟਰ ਜਿਹੜੇ ਨੇ ਠੱਗ ਨੇ ਸਾਡੇ ਮੁਲਕ ਦੇ, ਖਾਸ ਤੌਰ ਤੇ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਦੇ। ਇਹਨਾਂ ਨੇ ਲੁੱਟ ਦੇ ਨਾਲ ਲੋਕਾਂ ਦਾ ਬੁਰਾ ਹਾਲ ਕਰਤਾ, ਕਰੋੜਾਂਪਤੀ ਇਹ ਬਣ ਗਏ ਨੇ, ਕਿਸੇ ਕੋਈ ਇਹਦਾ ਕੋਈ ਆਡਿਟ ਨਹੀਂ ਸਰਕਾਰੀ ਪੱਧਰ ਤੇ, ਇਹਦਾ ਕੋਈ ਹਿਸਾਬ ਕਿਤਾਬ ਨਹੀਂ, ਕੋਈ ਕਿਸੇ ਚੀਜ਼ ਤੇ ਕੋਈ ਕੰਟਰੋਲ ਨਹੀਂ ਹੈਗਾ ਵੀ ਇਹ ਇਲਾਜ ਠੀਕ ਕਰ ਰਹੇ ਨੇ, ਇਹ ਆਕਸੀਜਨ ਸਹੀ ਦੇ ਰਹੇ ਨੇ, ਵੈਂਟੀਲੇਟਰ ਠੀਕ ਦੇ ਰਹੇ ਨੇ, ਕਿੱਥੇ ਕੋਈ ਗੜਬੜ ਤਾਂ ਨਹੀਂ, ਕੋਈ ਜਦ ਚੈੱਕ ਹੀ ਨਹੀਂ ਹੈਗਾ, ਫਿਰ ਇਹ ਜੋ ਮਰਜ਼ੀ ਕਰਦੇ। ਫਿਰ ਇੱਕ ਗੱਲ ਸੁਖਬੀਰ ਬਾਦਲ ਦੇ ਐਲਾਨ ਤੇ ਇਹ ਵੀ ਮੈਂ ਕਹਿਣਾ ਚਾਹੂੰਗੀ ਅਰੁਣਦੀਪ ਕਿ ਇਸ ਮਹਾਮਾਰੀ ਨੇ ਘੱਟੋ ਘੱਟ ਲੋਕਾਂ ਨੂੰ ਇਹ ਤਾਂ ਦੱਸ ਦਿੱਤਾ ਹੈ ਕਿ ਧਰਮ ਤੋਂ ਜ਼ਿਆਦਾ ਵੀ ਕੁਝ ਮਸਲੇ ਬਹੁਤ ਜ਼ਰੂਰੀ ਨੇ, ਜਿਵੇਂ ਕਿ ਸਿਹਤ ਸਹੂਲਤ ਦਾ ਮਸਲਾ। ਤੇ ਸਿਆਸਤਦਾਨਾਂ ਨੂੰ ਵੀ ਇਹ ਹੁਣ ਚੰਗੀ ਤਰ੍ਹਾਂ ਸਮਝ ਆ ਰਿਹਾ ਹੈ ਕਿ ਲੋਕਾਂ ਨੂੰ ਹੁਣ ਸ਼ਾਇਦ ਧਰਮ ਦੇ ਨਾਮ ਤੇ ਅੱਗੇ ਬੇਵਕੂਫ ਨਹੀਂ ਬਣਾਇਆ ਜਾ ਸਕਦਾ, ਉਹ ਵਾਕਈ ਸਿਹਤ ਸਹੂਲਤਾਂ, ਬੇਰੁਜ਼ਗਾਰੀ, ਸਿੱਖਿਆ, ਇਹਨਾਂ ਜਿਹੜੇ ਜਾਇਜ਼ ਮੁੱਦੇ ਨੇ ਉਹਨਾਂ ਤੇ ਹੁਣ ਸਰਕਾਰ ਦੇ ਚਾਹੁੰਦੇ ਨੇ ਕਿ ਸਰਕਾਰ ਕੀ ਕਰ ਰਹੀ ਹੈ। ਔਰ ਬਹੁਤ ਵੱਡੀ ਗੱਲ ਨਹੀਂ, ਆਉਣ ਵਾਲੇ ਮੈਨੀਫੈਸਟੋ ਦੇ ਵਿੱਚ ਸ਼ਾਇਦ ਇਸ ਮਹਾਮਾਰੀ ਕਰਕੇ ਮੁੱਦੇ ਵੀ ਬਦਲ ਜਾਣਗੇ। ਦੇਖੋ ਮੈਨੀਫੈਸਟੋ ਤਾਂ ਝੂਠ ਦਾ ਪਲੰਦਾ ਆ, ਜੋ ਕਹਿੰਦੇ ਆ ਉਹ ਕਦੀ ਕਰਦੇ ਨਹੀਂ ਆ, ਜੋ ਲਿਖਦੇ ਆ ਉਹ ਕਦੀ ਹੁੰਦਾ ਨਹੀਂ ਆ, ਉਹ ਗੱਪਾਂ ਦਾ ਪਲੰਦਾ ਹੁੰਦਾ। ਜਾਂ ਤਾਂ ਉਹਨੂੰ ਇੱਕ ਲੀਗਲ ਡਾਕੂਮੈਂਟ ਬਣਾਇਆ ਜਾਵੇ, ਹਨਾ, ਵੀ ਮੈਨੀਫੈਸਟੋ ਦੇ ਵਿੱਚ ਜੋ ਲਿਖਤਾ ਉਹਨੂੰ ਪੂਰਾ ਕਰਨਾ ਉਸ ਪਾਰਟੀ ਦੀ ਮਜਬੂਰੀ ਹੋਊਗੀ, ਉਹਨੂੰ ਹਰ ਹਾਲਤ ਦੇ ਵਿੱਚ ਜਿਹੜਾ ਲਾਗੂ ਕਰਨਾ ਉਹਦੇ ਲਈ ਲਾਜ਼ਮੀ ਕਰ ਦਿੱਤਾ ਜਾਵੇ, ਤਾਂ ਤਾਂ ਉਸ ਡਾਕੂਮੈਂਟ ਦਾ ਕੋਈ ਫਾਇਦਾ ਹੈ। ਅਗਰ ਵਾਅਦੇ ਦਾਅਵੇ ਜੋ ਮਰਜ਼ੀ ਕਰੀ ਚੱਲੋ, ਉਹਨਾਂ ਕੀ ਫਰਕ ਪੈਂਦਾ ਹੈ ਜੀ। ਆਰਐਸਐਸ ਦਾ ਵਿਰੋਧ ਹੋਇਆ ਹੈ, ਨੂਰਪੁਰ ਬੇਦੀਆਂ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਉਣ ਜਾ ਰਹੇ ਸੀ, ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ, ਅਰੁਣਦੀਪ ਕਿਵੇਂ ਦੇਖਦੇ ਹੋ? ਨੀਲਮ, ਮੈਨੂੰ ਲੱਗਦਾ ਵੀ ਜਿਹੜਾ ਨੂਰਪੁਰ ਬੇਦੀ ਦੇ ਵਿੱਚ ਰਾਸ਼ਟਰੀ ਸਵਾਮ ਸੇਵਕ ਸੰਘ ਦਾ ਵਿਰੋਧ ਹੋਇਆ, ਮੈਨੂੰ ਲੱਗਦਾ ਬਹੁਤ ਚੰਗਾ ਹੋਇਆ। ਇਹ ਕਿਸੇ ਹੋਰ ਵੱਲੋਂ ਨਹੀਂ ਹੋਇਆ, ਇੱਕ ਜਮਾਤ ਵੱਲੋਂ ਹੋਇਆ, ਜਿਹੜੀ ਕਿਸਾਨ ਜਮਾਤ ਆ। ਮੈਨੂੰ ਲੱਗਦਾ ਵੀ ਇੱਦਾਂ ਦੀਆਂ ਜਿਹੜੀਆਂ ਫਿਰਕੂ ਤੇ ਫਾਸ਼ੀ ਜਥੇਬੰਦੀਆਂ ਨੇ, ਜਿਹੜੀਆਂ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੀਆਂ ਨੇ, ਉਹਨਾਂ ਦਾ ਜ਼ਮੀਨੀ ਪੱਧਰ ਤੇ ਵਿਰੋਧ ਹੋਣਾ ਚਾਹੀਦਾ ਆ। ਜਿਹੜਾ ਇਹ ਕਿਸਾਨਾਂ ਨੇ ਕੀਤਾ ਬਹੁਤ ਚੰਗਾ ਕੀਤਾ, ਇਹਨਾਂ ਦਾ ਹਰ ਥਾਂ ਵਿਰੋਧ ਹੋਣਾ ਚਾਹੀਦਾ, ਚਾਹੇ ਉਹ ਆਰਐਸਐਸ ਵਰਗੀਆਂ ਜਥੇਬੰਦੀਆਂ ਹੋਣ, ਚਾਹੇ ਸਿੱਖਾਂ ਦੀਆਂ ਕੋਈ ਖਾਲਿਸਤਾਨ ਦੇ ਨਾਂ ਹੇਠ ਕੋਈ ਕੱਟੜ ਜਥੇਬੰਦੀਆਂ ਨੇ, ਉਹਨਾਂ ਦਾ ਵੀ ਇੱਦਾਂ ਹੀ ਵਿਰੋਧ ਹੋਣਾ ਚਾਹੀਦਾ ਆ। ਤੇ ਚਾਹੇ ਕੋਈ ਮੁਸਲਮਾਨਾਂ ਦੀਆਂ ਇੱਦਾਂ ਦੀਆਂ ਜਥੇਬੰਦੀਆਂ ਨੇ, ਤੇ ਚਾਹੇ ਕੋਈ ਈਸਾਈਆਂ ਦੀਆਂ ਜਥੇਬੰਦੀਆਂ, ਇਹ ਜਿਹੜੀਆਂ ਧਾਰਮਿਕ ਫਿਰਕੂ ਕੱਟੜ ਜਥੇਬੰਦੀਆਂ ਨੇ ਆਰਐਸਐਸ ਦੂਜੀਆਂ ਤੀਜੀਆਂ, ਉਹਨਾਂ ਦਾ ਇੱਦਾਂ ਹੀ ਵਿਰੋਧ ਹੋਣਾ ਚਾਹੀਦਾ, ਉਹਨਾਂ ਦਾ ਮਜ਼ਦੂਰਾਂ ਵੱਲੋਂ ਵਿਰੋਧ ਹੋਣਾ ਚਾਹੀਦਾ, ਉਹਨਾਂ ਦਾ ਕਿਸਾਨਾਂ ਵੱਲੋਂ ਵਿਰੋਧ ਹੋਣਾ ਚਾਹੀਦਾ। ਸਮਾਜ ਸੇਵਾ ਦੇ ਨਾਂ ਤੇ, ਚੈਰਿਟੀ ਦੇ ਨਾਂ ਹੇਠ ਲੋਕਾਂ ਨੂੰ ਇਹ ਬੇਕੂ ਬਣਾ ਰਹੇ ਨੇ, ਇਸ ਤੋਂ ਵੱਧ ਕੇ ਹੋਰ ਕੁਛ ਵੀ ਨਹੀਂ ਕਰ ਰਹੇ। ਇਹਨਾਂ ਦਾ ਏਜੰਡਾ ਸਮਾਜ 'ਚ ਵੰਡੀਆਂ ਪਾਉਣ ਦਾ, ਜਿਹਨੂੰ
ਜਥੇਬੰਦ ਹੋ ਕੇ ਜਿੱਦਾਂ ਕਿਸਾਨ ਵਿਰੋਧ ਕਰ ਰਹੇ ਨੇ ਇਦਾਂ ਹੀ ਇਹਨਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਤੇ ਇਹ ਨਾ ਸਿਰਫ ਨੂਰਪੁਰ ਬੇਦੀ ਤੱਕ ਸੀਮਿਤ ਹੋਣਾ ਚਾਹੀਦਾ ਬਾਕੀ ਬਾਕੀ ਪੰਜਾਬ 'ਚ ਵੀ ਹੋਣਾ ਚਾਹੀਦਾ ਤੇ ਪੂਰੇ ਮੁਲਕ 'ਚ ਇਹਨਾਂ ਦਾ ਵਿਰੋਧ ਹੋਣਾ ਚਾਹੀਦਾ ਤਾਂ ਕਿ ਲੋਕ ਅੱਜ ਜਿਸ ਗੁਰਬਤ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਧਰਮ ਦੇ ਲੋਲੀਪੋਪ ਨਾ ਦਿਖਾਏ ਜਾ ਸਕਣ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਫਿਲਹਾਲ ਬਹੁਤ ਬਹੁਤ ਧੰਨਵਾਦ ਅਰੁਣਦੀਪ ਸਾਡੇ ਨਾਲ ਜੁੜਨ ਲਈ। ਸਵਰਨਦੀਪ ਇਹਨਾਂ ਮੁੱਦਿਆਂ ਤੇ ਆਪਣੀ ਨਜ਼ਰੀਆ ਸਾਡੇ ਨਾਲ ਸਾਂਝਾ ਕਰਦੇ ਨੇ। ਜੇਕਰ ਤੁਸੀਂ ਆਪਣਾ ਕੋਈ ਫੀਡਬੈਕ ਆਪਣੀ رائے ਦੇਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸ ਸਕਦੇ ਹੋ। YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ।